ਪਾਕਿਸਤਾਨ ਵਿੱਚ 7 ਸਾਲਾ ਮਾਸੂਮ ਜੈਨਵ ਅੰਸਾਰੀ ਨਾਲ ਬਲਾਤਕਾਰ ਦੇ ਬਾਅਦ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਇਮਰਾਨ ਅਲੀ ਨੂੰ ਅੱਜ ਸਵੇਰੇ 5:30 ਵਜੇ ਲਾਹੌਰ ਦੀ ਲਖਪਤ ਜੇਲ੍ਹ ਵਿੱਚ ਮੈਜਿਸਟ੍ਰੇਟ ਆਦਿਲ ਸਰਵਰ ਅਤੇ ਜੈਨਵ ਦੇ ਪਿਤਾ ਮੁਹੰਮਦ ਅਮੀਨ ਦੀ ਮੌਜੂਦਗੀ ਵਿੱਚ ਫਾਂਸੀ ਦੇ ਦਿੱਤੀ ਗਈ। ਜੈਨਵ ਦੇ ਪਿਤਾ ਮੁਹੰਮਦ ਅਮੀਨ ਦਾ ਕਹਿਣਾ ਹੈ ਕਿ ਇਮਰਾਨ ਨੂੰ ਫਾਂਸੀ ਦੇਣ ਤੋਂ ਬਾਅਦ ਅੱਧਾ ਘੰਟਾ ਲਟਕਾ ਕੇ ਰੱਖਿਆ ਗਿਆ, ਉਸ ਨੂੰ ਫਾਂਸੀ ਹੋਣ ਦਾ ਕੋਈ ਡਰ ਨਹੀਂ ਸੀ। ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਬਲਾਤਕਾਰ ਕਰੇਗਾ ਉਸਦਾ ਇਹੀ ਹਸ਼ਰ ਹੋਵੇਗਾ। ਉਹਨਾਂ ਪਰਿਵਾਰ ਨੂੰ ਇਨਸਾਫ ਮਿਲਣ ਤੇ ਨਿਆਂਪਾਲਿਕਾ ਦਾ ਸ਼ੁਕਰੀਆ ਅਦਾ ਕੀਤਾ। ਜਾਣਕਾਰੀ ਅਨੁਸਾਰ ਇਮਰਾਨ ਨੂੰ ਫਾਂਸੀ ਤੇ ਚੜਾਉਣ ਤੋਂ ਪਹਿਲਾਂ ਮੰਗਲਵਾਰ ਨੂੰ ਜੇਲ੍ਹ ਪ੍ਰਸ਼ਾਸਨ ਨੇ ਅਲੀ ਤੇ ਉਸਦੇ ਪਰਿਵਾਰ ਦੀ 45 ਮਿੰਟ ਤੱਕ ਮੁਲਾਕਾਤ ਵੀ ਕਰਵਾਈ। ਫਾਂਸੀ ਦੇਣ ਤੋਂ ਬਾਅਦ ਇਮਰਾਨ ਅਲੀ ਦੇ ਪਰਿਵਾਰ ਨੂੰ ਉਸਦੀ ਲਾਸ਼ ਕਸੂਰ ਲੈ ਜਾਣ ਲਈ ਸੌਂਪ ਦਿੱਤੀ ਗਈ। ਉਹਨਾਂ ਨਾਲ ਪੁਲਿਸ ਦੀ ਇੱਕ ਟੁਕੜੀ ਵੀ ਭੇਜੀ ਗਈ। ਗੌਰਤਲਬ ਹੈ ਕਿ 4 ਜਨਵਰੀ ਨੂੰ ਜੈਨਵ ਆਪਣੇ ਇੱਕ ਰਿਸ਼ਤੇਦਾਰ ਘਰੋਂ ਲਾਪਤਾ ਹੋ ਗਈ ਸੀ। 9 ਜਨਵਰੀ ਨੂੰ ਜੈਨਵ ਦੀ ਲਾਸ਼ ਪੰਜਾਬ ਸੂਬੇ ਦੇ ਕਸੂਰ ਵਿੱਚ ਕੂੜੇ ਦੇ ਢੇਰ ਵਿੱਚੋਂ ਮਿਲੀ। ਜੈਨਵ ਦੀ ਲਾਸ਼ ਮਿਲਣ ਦੇ ਬਾਅਦ ਪੋਸਟਮਾਰਟਮ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ। ਇਮਰਾਨ ਨੂੰ ਜੈਨਵ ਦੀ ਹੱਤਿਆ ਦੇ 2 ਹਫ਼ਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸੂਤਰਾਂ ਮੁਤਾਬਿਕ ਗ੍ਰਿਫਤਾਰੀ ਤੋਂ ਬਾਅਦ ਉਸਨੇ ਜੈਨਵ ਤੋਂ ਪਹਿਲਾਂ 8 ਬੱਚਿਆਂ ਦੀ ਹੱਤਿਆ ਕਰਨ ਦਾ ਆਪਣਾ ਜੁਰਮ ਵੀ ਕਬੂਲ ਕਰ ਲਿਆ ਸੀ।